ਬੰਦਿਆਓ ਡਰ ਤੂੰ ਆਪਣੇ ਰਾਜ ਭਾਗਤੋ ਦੀ ਖੇਡ ਦਾ ਕੋਈ ਪਤਾ ਨਹੀਂ। ਇੱਥੇ ਵੱਡੇ ਵੱਡੇ ਸਮਰਾਟ ਸੱਚ ਐਵੇ ਕਿ ਜਦੋਂ ਉਹਦੀ ਨਦਰ ਉਪੱਠੀ ਹੋਈ ਉਹ ਬੰਦੇ ਸੁਲਤਾਨ ਵੀ ਕਾਂ ਖੋਤਰਨ ਤੇ ਮਜਬੂਰ ਹੋ ਗਏ। ਕਾਂ ਜਦੋਂ ਕੰਮ ਨਾ ਚੱਲਿਆ ਉਦੋਂ ਗਲ ਚ ਝੋਲੀ ਪਾ ਕੇ ਲੋਕਾਂ ਦੇ ਦਰ ਤੇ ਮੰਗਣ ਗਏ। ਬਾਬਾ ਜੀ ਨੇ ਕਿਹਾ ਦਰ ਮੰਗਣ ਭੇਖ ਨਾ ਪੈਂਦਾ ਉਹਦੀ ਉਪੱਠੀ ਨਜ਼ਰ ਹੋ ਜਾਏ ਤੇ ਮੰਗਤਿਆਂ ਨੂੰ ਵੀ ਰੋਟੀ ਨਹੀਂ ਮਿਲਦੀ ਹੁੰਦੀ। ਥੋੜਾ ਜਿਹਾ ਆਓ ਮੈਂ ਬਾਣੀ ਚ ਤੁਹਾਨੂੰ ਅਰਜ਼ ਕਰਨੀ ਵੇਖੋ। ਮਸਕੀਨ ਸਾਹਿਬ ਜੀ ਗੁਰਮੁਖ ਪਿਆਰੇ ਗੱਲ ਕਹਿੰਦੇ ਸਨ ਕਿਉਂਕਿ ਜਿਹੜੀ ਗੱਲ ਉਹਨਾਂ ਦੀ ਉਹ ਕਹਿੰਦੇ ਸਨ ਜਦੋਂ ਦੁਨਿਆਵੀ ਤੌਰ ਤੇ ਜੀਣਾ ਆਪਣੇ ਤੋਂ ਨੀਵੇਂ ਨੂੰ ਦੇਖ ਕੇ ਜੀਓ, ਜਦੋਂ ਰੂਹਾਨੀਅਤ ਦੇ ਤੌਰ ਤੇ ਜੀਣਾ ਆਪਣੇ ਤੋਂ ਵੱਡੇ ਨੂੰ ਦੇਖ ਕੇ ਜੀਓ। ਪਰ ਕੰਮ ਉਲਟਾ ਹੋ ਗਿਆ। ਅਸੀਂ ਦੁਨਿਆਵੀ ਤੌਰ ਤੇ ਜਿੰਨੇ ਆਪਣੇ ਤੋਂ ਵੱਡੇ ਨੂੰ ਦੇਖ ਕੇ ਇਹਦੇ ਘਰ ਏਡੀ ਵੱਡੀ ਗੱਡੀ ਏ, ਮੈਂ ਭਾਵੇਂ ਮਰ ਜਾਂ ਕਰੋੜ ਰੁਪਈਆ ਕਰਜ਼ਾ ਲੈਣਾ ਭਾਵੇਂ ਇਹਦੇ ਘਰ ਅੱਗੇ ਗੱਡੀ ਆਪਣੀ ਵੀ ਖਿਲਾਰਨੀ ਏ, ਤੇ ਰੂਹਾਨੀਅਤ ਅਸੀਂ ਕਮਾਉਂਦੇ ਹਾਂ ਆਪਣੇ ਤੋਂ ਥੱਲਿਆਂ ਨੂੰ ਵੇਖ ਕੇ। ਮੈਂ ਨੀ ਨਿਤਨੇਮ ਕਰਦਾ ਫਲਾਣਾ ਤੇ ਕਰਦੀ ਕੋਈ ਨੀ। ਤੁਸੀਂ ਦੇਖੋ ਕਦੀ ਆਪਣੇ ਨਿਆਣੇ ਨੂੰ ਇਹ ਉਦਾਹਰਣਾਂ ਦਿੱਤੀਆਂ ਨੇ ਵੀ ਪੁੱਤਰ ਕੋਈ ਨੀ ਗੱਲ ਫੇਲ ਹੋ ਜਾ, ਫਲਾਣਿਆਂ ਦਾ ਨਿਆਣਾ ਤੇ 10 ਵਾਰੀ ਫੇਲ ਹੋਇਆ ਤੂੰ ਤਾਂ 5 ਵਾਰੀ ਹੋਇਆ ਅਜੇ 5 ਸਾਲ ਤੇਰੇ ਹੋਰ ਨੇ, ਕਦੀ ਨੀ ਕੋਈ ਦਿੰਦਾ। ਅਸੀਂ ਉਹਨਾਂ ਦੀ ਲਿਸਟ ਤਿਆਰ ਕਰੀ ਬੈਠੇ ਹਾਂ ਜਿਹੜੇ ਅੰਮ੍ਰਿਤ ਛੱਕ ਕੇ ਥਿੜਕ ਗਏ ਨੇ। ਫਲਾਣਾ ਵੀ ਡਿੱਗ ਪਿਆ, ਫਲਾਣਾ ਵੀ ਡਿੱਗ ਪਿਆ। ਤੁਸੀਂ ਭਾਈ ਤਾਰੂ ਸਿੰਘ ਦੀ ਲੱਥੀ ਖੋਪੜੀ ਵੱਲ ਧਿਆਨ ਕਿਉਂ ਨਹੀਂ ਲਿਜਾਂਦੇ? ਤੁਸੀਂ ਭਾਈ ਮਨੀ ਸਿੰਘ ਦੇ ਬੰਦ ਨੂੰ ਕਿਉਂ ਨਹੀਂ ਦੇਖਦੇ? ਤੁਸੀਂ 7 ਸਾਲ ਦੇ ਉਸ ਮਹਾਂਪੁਰਖ ਬਾਬਾ ਫਤਿਹ ਸਿੰਘ ਜਿਹਦੇ ਸ਼ਾਹ ਰਗ ਕੱਟਣ ਤੋਂ ਬਾਅਦ 12.5 ਮਿੰਟ ਤੱਕ ਉਹਦਾ ਖੂਨ ਨਿਕਲਦਾ ਰਿਹਾ, ਪੈਰ ਖਿਲਦੇ ਰਹੇ, 12.5 ਮਿੰਟ ਬਾਅਦ ਉਹਦੇ ਪ੍ਰਾਣ ਨਿਕਲੇ। ਅਸੀਂ ਲਿਸਟ ਉਹਨਾਂ ਦੀ ਤਿਆਰ ਕਰੀ ਬੈਠੇ ਜਿਹੜੇ ਜ਼ਿੰਦਗੀ ਚ ਫੇਲ ਹੋ ਚੁੱਕੇ ਨੇ। ਅਗਾਂਹ ਵਧਣ ਵਾਸਤੇ ਦੁਨਿਆਵੀ ਤੌਰ ਤੇ ਦੀਣਾ ਤੇ ਆਪਣੇ ਤੋਂ ਨੀਵੇਂ ਨੂੰ ਦੇਖੋ। ਇਹਦਾ ਮਤਲਬ ਇਹ ਨਹੀਂ ਕਿ ਵਪਾਰ ਨਹੀਂ ਕਰਨਾ। ਤੈਨੂੰ ਰੱਬ ਨੇ 2 ਕਮਰੇ ਦਿੱਤੇ ਨੇ, ਰੱਬ ਬੜਾ ਬੇਅੰਤੇ ਜੀ, ਬੜਾ ਬਖਸ਼ਿੰਦੇ ਹੋ। ਮੈਂ ਆਪਣੇ 2 ਕਮਰੇ ਦੇਖ ਕੇ, ਕਿਸੇ ਦੀ ਕੋਠੀ ਵੇਖ ਕੇ ਜਲਾ ਨਾ। ਮੈਂ 2 ਕਮਰਿਆਂ ਤੋਂ ਬਾਅਦ ਪੁਲ ਥੱਲੇ ਉਸ ਭਿਖਾਰੀ ਨੂੰ ਦੇਖਾਂ ਜਿਹੜਾ ਸੋਚ ਰਿਹਾ ਹੈ ਕਦੋਂ ਟ੍ਰੈਫਿਕ ਸ਼ਾਂਤ ਹੋਵੇ ਮੈਂ ਪੁਲ ਥੱਲੇ ਸੌਵਾਂਗਾ। ਆਪਣੇ ਤੋਂ ਨੀਵੇਂ ਨੂੰ ਦੇਖ। ਦੂਜੀ ਗੱਲ, ਜੇ ਤੂੰ ਰੂਹਾਨੀਅਤ ਕਮਾਣੀ ਏ ਤੇ ਉਹਨਾਂ ਨੂੰ ਦੇਖ ਜਿਹੜੇ ਪਹੁੰਚ ਚੁੱਕੇ ਨੇ। ਯਾਰ ਵੇ ਪ੍ਰਹੱਬੇ ਸਖੀਆਂ ਮੂੰਹ ਕਹੀ ਨਾ ਜਈਆ, ਇੱਕ ਡੂ ਇੱਕ ਚਾੜੇ ਖੂ ਕਿਸ ਚੇ ਤਈਆ, ਇੱਕ ਡੂ ਇੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਵਿਲਾਸਾ, ਤਿਨਾ ਦੇਖ ਮਨ ਚਾਹ ਉਠਾਂਦਾ। ਜੋ ਵੀ ਚੀਜ਼ ਮਿਲੀ ਹੋਵੇ ਧਿਆਨ ਦਿਆ ਜੇ ਉਸ ਚੀਜ਼ ਦਾ ਕਦੀ ਹੰਕਾਰ ਨਾ ਕਰੋ। ਕੋਈ ਪਤਾ ਨਹੀਂ ਸਾਡੀ ਜ਼ਿੰਦਗੀ ਦਾ ਐਂਡ ਕੀ ਹੋਣਾ ਹੈ। ਇੱਕ ਬੰਦੇ ਦੀ ਬੇੜੀ ਡੁੱਬ ਰਹੀ ਏ, ਤੂੰ ਹੱਸ ਮਤ ਕਿਉਂਕਿ ਤੇਰੀ ਬੇੜੀ ਵੀ ਸਮੁੰਦਰ ਚ, ਪਤਾ ਨਹੀਂ ਤੇਰੇ ਨਾਲ ਕੀ ਵਾਪਰਨਾ ਹੈ। ਨਦਰ ਉਪੱਠੀ ਜੇ ਕਰੇ ਸੁਲਤਾਨਾ, ਘਾਹ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਕਬੀਰ, ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਏ, ਅਜੋ ਸੁਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਆਓ ਮੈਂ 2 ਕਿਤਿਆਂ ਨੂੰ ਪ੍ਰਮਾਣ ਸਿਰਫ ਦਿਆਂਗਾ। ਉਹਦੀ ਨਦਰ ਦਾ ਕੋਈ ਪਤਾ ਨਹੀਂ, ਜੇ ਸਵੱਲੀ ਨਦਰ ਕਰ ਦੇਵੇ ਤੇ ਚੇਤੇ ਰੱਖਿਓ ਭਿਖਾਰੀਆਂ ਨੂੰ ਸ਼ਹਿਨਸ਼ਾਹ ਦੇ ਦਿੰਦਾ ਹੈ, ਜੇ ਉਪੱਠੀ ਕਰ ਦੇਵੇ ਤੇ ਸ਼ਹਿਨਸ਼ਾਹ ਭਿਖਾਰੀ ਬਣਾ ਦਿੰਦਾ। ਸ਼ਬਦ ਅਸੀਂ ਪੜ੍ਹ ਲਈਏ, ਰਾਜਾ ਸ਼ਰਮ ਮਿਤਨੀ ਜਾਨੀ ਤੇਰੇ ਕਬੀਰ ਸਾਹਿਬ, ਇਹਦੇ ਅਰਥਾਂ ਦੀ ਜ਼ਿਆਦਾ ਲੋੜ ਨਹੀਂ। ਰਾਜਾ ਸ਼ਰਮ ਮਿਤਨੀ ਜਾਨੀ ਤੇਰੇ ਤੇਰੇ ਸੰਤਨ ਕੀ ਹੋ ਚੇਰੀ, ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ, ਬਸ ਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸ ਹੈ, ਜਲ ਤੇ ਥਲ ਕਰ ਥਲ ਤੇ ਕੂਵਾਂ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਨਦਰ ਉਪੱਠੀ ਜੇਕਰ ਚੜੇ ਆਕਾਸ਼ ਗਿਰਾਵੇ, ਪੇਖਾਰੀ ਤੇ ਰਾਜ ਕਰਾਵੇ, ਐਸੀ ਲਾਲ ਤੁਝ ਬਿਨ ਕੌਣ ਕਰੇ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਦੇ ਮੁਗਧਾਰੀ। ਮੈਂ ਕਈ ਵਾਰੀ ਸੋਚਣਾ, ਇੱਕ ਇੱਕ ਸ਼ਬਦ ਹੋਰ ਭਗਤ ਨਾਮਦੇਵ ਜੀ ਦਾ, ਕਈ ਵਾਰੀ ਐਸਾ ਸਮਾਂ ਆਉਂਦਾ ਬੰਦਾ ਖੰਡ ਖਿਓ ਕੀਰ ਖੀਰ ਇਹਨੂੰ ਠੁੱਡੇ ਮਾਰਦਾ, ਕਈ ਵਾਰੀ ਵਿਚਾਰਾ ਸੋਚਦਾ ਸੁੱਕੀ ਰੋਟੀ ਮਿਲ ਜਾਏਗੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸੁੱਕੀ ਨਹੀਂ ਮਿਲਦੀ ਕਈ ਵਾਰੀ, ਤੇ ਲੋਕ ਰਾਤ ਨੂੰ ਵਿਆਹ ਕਰਕੇ ਆਖਦੇ ਨੇ। ਸਾਡੇ ਬੱਚਿਆਂ ਵਰਗੀ ਉਹਨਾਂ ਦੇ ਬੱਚੇ ਨੇ, ਤੁਹਾਡੇ ਸੱਟੇ ਕੋਈ ਕੂੜੇ ਤੇ ਬਚੇ ਕੋਈ ਰੋਟੀ ਦੇ ਟੁਕੜੇ
ਸਵੇਰੇ ਗਰੀਬਾਂ ਦੇ ਬੱਚੇ ਚੁਣ ਚੁਣ ਕੇ ਖਾਂਦੇ ਨੇ ਰੱਬ ਤੋਂ ਡਰ ਗਏ। ਗੁਰੂ ਸਾਹਿਬ ਦਾ ਇਹ ਸ਼ਬਦ ਹੈ ਜੀ, ਕਬੂ ਖਾਂਡ ਖੀਰ ਘਿਓ ਨਾ ਭਾਵੇ। ਕਈ ਵਾਰੀ ਜਦੋਂ ਰਾਜਾ ਖੰਡ ਖਿਓ ਘੀਰ ਕੁਝ ਵੀ ਚੰਗਾ ਨਹੀਂ ਲੱਗਦਾ, ਕਬੂ ਘਰ ਘਰ ਟੂਕ ਮੰਗਾਵੇ, ਦਰ ਮੰਗਣ ਭੇਖ ਨਾ ਪਾਏਦਾ, ਕਦੀ ਉਹ ਵੀ ਬੰਦਾ ਖੈਰ ਮੰਗਦਾ। ਕਬੂ ਘਰ ਘਰ ਟੂਕ ਮੰਗਾਵੇ, ਕਬੂ ਕੂਰਨ ਚਨੇ ਬਿਨਾਵੇ, ਬਿਨਾਵੇ ਦਰ ਤੇ ਬਿਨਾ ਚੁਣਨੇ। ਕਈ ਵਾਰੀ ਕੂੜਿਆਂ ਦੇ ਢੇਰ ਤੇ ਚਨੇ ਚੁਣ ਚੁਣ ਕੇ ਬੱਚੇ ਮੂੰਹ ਚ ਪਾਉਂਦੇ। ਮਹਾਰਾਜ ਜੀ ਦੇ ਸ਼ਬਦ ਨੇ, ਜਿਉਂ ਰਾਮ ਰਾਖ ਹੈ ਤਿਉਂ ਰਹੀ ਹੈ ਰੇ ਭਾਈ, ਹਰ ਕੀ ਮਹਿਮਾ ਕਿਛ ਕਥਨ ਨਾ ਜਾਏ। ਮੈਂ ਫਿਰ ਬੇਨਤੀ ਕਰਾਂਗਾ, ਕਬੂ ਤੁਰੇ ਤਰੰਗ ਨਚਾਵੇ, ਕਬੂ ਪਾਏ ਪਨੀਓ ਨਾ ਪਾਵੇ। ਕਦੀ ਅਰਬੀ ਘੋੜੇ ਗੱਡੀਆਂ, ਕਦੀ ਪੈਰਾਂ ਚ ਪਾਉਣ ਲਈ ਜੁੱਤੀ ਨਹੀਂ। ਮੈਂ ਇੱਕ ਤੁਹਾਡੇ ਇਤਿਹਾਸ ਦੀ ਘਟਨਾ, ਸਿੱਖ ਰਾਜ ਦੀ ਘਟਨਾ ਤੁਹਾਨੂੰ ਸੁਣਾ ਕੇ ਸਮਾਪਤੀ ਕਰਾਂਗਾ। ਮਹਾਰਾਣੀ ਜਿੰਦਾਂ ਦਾ ਪੁੱਤਰ ਦਲੀਪ ਸਿੰਘ, ਸਭ ਨੂੰ ਪਤਾ ਹੈ ਮਹਾਰਾਣੀ ਜਿੰਦਾਂ ਜਿੱਦਣ ਵਿਆਹ ਕੇ ਆਈ, ਉਦਣ ਕਿੰਨਾ ਕੁ ਧਨ, ਕਿੰਨਾ ਕੁ ਪੈਸਾ, ਕਿੱਡੀਆਂ ਵੱਡੀਆਂ ਸਲਾਮੀਆਂ ਦਿੱਤੀਆਂ। ਪਰ ਚੇਤੇ ਰੱਖਿਓ, ਉਹੀ ਮਹਾਰਾਣੀ ਜਿੰਦਾ ਜਿਹਦੇ ਇੱਕ ਇਸ਼ਾਰੇ ਤੇ ਨੌਕਰ ਕੰਬਦੇ ਸਨ, ਜਿੱਦਣ ਨੂੰ ਸ਼ੇਖਪੁਰੇ ਦੀ ਜੇਲ੍ਹ ਵਿੱਚ ਕੈਦ ਕੀਤਾ ਤੇ ਦੋ ਗੋਰੀਆਂ ਮੇਮਾਂ ਨੇ ਕਹਿਣ ਲੱਗਿਆ ਅੰਦਰ ਫਟਦਾ, ਉਹਦੇ ਕੱਪੜੇ ਲਵਾ ਕੇ ਉਹਨੂੰ ਨਗਨ ਕਰਕੇ ਤਲਾਸ਼ੀ ਲਈ ਸੀ। ਰੱਬ ਦੇ ਰੰਗ ਨੇ ਉਹਨਾਂ ਦੇ, ਉਹਦੇ ਸਾਈਂ ਦਾ ਰਾਜ ਭਾਗ ਸੀ ਕਦੀ, ਅੱਜ ਉਹੀ ਰਾਣੀ ਇੰਨੀ ਮਜਬੂਰ ਹੋ ਗਈ, ਉਹਦੇ ਤਨ ਦੇ ਬਸਤਰ ਵੀ ਗੋਰਿਆਂ ਨੇ ਉਤਾਰ ਦਿੱਤੇ। ਜਾਮਾ ਤਲਾਸ਼ੀ ਲਈ ਉਹਦੀ ਕਿਲੇ ਚ। ਉਹ ਸਮਾਂ ਆਇਆ ਜਦੋਂ ਵਿਚਾਰੀ ਭੱਜ ਕੇ ਨਿਕਲੀ ਕਿਲੇ ਚੋਂ, ਉਹ ਦਰ ਦਰ ਤੇ ਮੰਗ ਕੇ ਖਾਂਦੀ ਦੇਖੀ ਗਈ। ਇਹੋ ਜਿਹਾ ਸਮਾਂ ਆਇਆ ਜਿੱਦਣ ਮੌਤ ਹੋਈ, ਆਖਰੀ ਇੱਛਾ ਸੀ ਕਿ ਮੇਰਾ ਸੰਸਕਾਰ ਮੇਰੇ ਪਤੀ ਦੇ ਕੋਲ ਕੀਤਾ ਜਾਏ। ਉਹ ਰਾਣੀ ਜਿਹੜੀ ਡੋਲੀ ਚ ਆਈ ਤੇ ਇੰਨੀਆਂ ਸਲਾਮੀਆਂ ਦਿੱਤੀਆਂ ਗਈਆਂ, ਜਿੱਦਣ ਦਲੀਪ ਸਿੰਘ ਮਾਂ ਦਾ ਸੰਸਕਾਰ ਕਰਨ ਲੱਗਾ ਤੇ ਅਰਥੀ ਚੁੱਕਣ ਵਾਲੇ ਵੀ ਦਿਹਾੜੀ ਦਿਆਰ ਲਾਉਂਦੇ ਗਏ। ਰੱਬ ਦੀ ਨਜ਼ਰ ਤੋਂ ਬਚੋ, ਪਤਾ ਨਹੀਂ ਉਹਦੀ ਖੇਡ ਕੀ ਵਰਤ, ਉਹ ਪੱਠੀ ਨਜ਼ਰ ਹੋ ਜਾਏ ਸੁਲਤਾਨ ਘਾਹੀ ਬਣ ਜਾਂਦੇ ਨੇ, ਘਾਈਆਂ ਦਾ ਕੰਮ ਨਾ ਚੱਲੇ, ਦਰ ਦਰ ਦੇ ਮੰਗਤੇ ਬਣ ਜਾਂਦੇ ਨੇ। ਫਿਰ ਬੇਨਤੀ ਕਰਾਂਗਾ, ਨਦਰ ਉਪੱਠੀ ਜੇ ਕਰੇ ਸੁਲਤਾਨਾ, ਕਾਹ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ, ਹਰ ਕੀ ਗਤ ਨੇ ਕਹੁ ਜਾਣੇ, ਜੋਗੀ ਜਤੀ ਤਪੀ ਪਛਾਰੇ ਅਰਬੋ ਲੋਕ ਸਿਆਨੇ, ਛਿਨਮੈ ਰਾਓ ਰੰਕ ਕੋ ਕਰੀ, ਰਾਓ ਰੰਕ ਕਰ ਡਾਰੇ ਇੱਕ ਖਿਨ। ਵੇਖੋ ਫੇਤ ਤੇ ਚੱਲੋ, ਮੈਂ ਉਹ ਬੰਦੇ ਦੇਖੇ ਜੀ ਜਿਹੜੇ ਕਦੀ ਪ੍ਰਵਾਹ ਨਹੀਂ ਸਨ ਕਰਦੇ ਪੈਸਿਆਂ ਦੀ, ਅੰਤਲੇ ਸਮੇਂ ਵਿਚਾਰੇ ਮੰਗਦੇ ਦੇਖੇ। ਵਾਹਿਗੁਰੂ ਤੇਰੀ ਖੇਡ ਦਾ ਇਹ ਤਾਂ ਮਾਰੇ ਨੇ ਕਿਹਾ, ਮਾਣਸ ਖਾਣਿਓ, ਜ਼ੁਲਮ ਕਰਨ ਵਾਲਿਓ, ਤੁਸੀਂ ਆਪਣੇ ਆਪ ਨੂੰ ਵੱਡੇ ਕਹਿੰਦੇ ਹੋ। ਪਿਛਲੇ ਦਿਨ ਦੱਸਿਆ ਮੈਨੂੰ ਕਿਸੇ ਨੇ ਕਿ ਬਹਾਦਰ ਸ਼ਾਹ ਔਰੰਗਜ਼ੇਬ ਦੇ ਪੁੱਤਰ ਹੈ ਨਾ, ਉਹਦੀ ਅੰਸ਼ ਵਿੱਚੋਂ, ਚੇਤੇ ਰੱਖੋ, ਝੌਂਪੜੀ ਚ ਰਹਿ ਕੇ ਚਾਹ ਵੇਚ ਕੇ ਗੁਜ਼ਾਰਾ ਪਿਆ ਕਰਦੇ ਨੇ। ਉਹ ਬੀਬੀ ਦਰਬਾਰ ਸਾਹਿਬ ਹੀ ਗਈ, ਤੁਸੀਂ ਸਾਰੇ ਨਿਊਜ਼ ਤੇ ਪੜਿਆ। ਰੱਬ ਦੀ ਖੇਡ ਦਾ ਕੋਈ ਪਤਾ ਨਹੀਂ, ਪਰ ਇੱਕ ਭਰੋਸੇ ਤੇ ਜੀਓ, ਜੇ ਦੁਨੀਆਂ ਚ ਤੁਹਾਡੀ ਕੋਈ ਬਾਂਹ ਪਕੜਨ ਵਾਲਾ ਨਹੀਂ, ਜਿੱਦਣ ਉਹਦੀ ਨਦਰ ਸਵੱਲੀ ਹੋਗੀ ਤੁਹਾਨੂੰ ਪਾਤਸ਼ਾਹੀ ਵੀ ਬਖਸ਼ ਦੇਵੇਗਾ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ। ਚਲੋ ਉਹ ਪੁੱਠੀ ਦਾ ਮੈਂ ਜ਼ਿਕਰ ਕੀਤਾ, ਮੈਂ ਇੱਕ ਉਦਾਹਰਨ ਤੁਹਾਨੂੰ ਦੇਣਾ। ਗੁਰੂ ਹਰਿ ਸਾਹਿਬ ਦਾ ਦਰਬਾਰ ਸਜਿਆ, ਮਹਿਰਾਜ ਦਾ ਧਰਤੀ ਹੈ ਮਾਲਵੇ ਦੀ, ਸੰਗਤ ਬੜੀ ਬੈਠੀ, ਦੋ ਨਿੱਕੇ ਨਿੱਕੇ ਬੱਚੇ ਆਏ, ਉਹਨਾਂ ਦੇ ਤੇੜ ਸਿਰਫ ਕੱਪੜਾ ਸੀ ਥੋੜਾ ਜਿਹਾ, ਢਿੱਡ ਖਾਲੀ, ਉੱਤੋਂ ਸਾਰਾ ਨਗਨ। ਗੁਰੂ ਹਰਿ ਸਾਹਿਬ ਦੇ ਸਾਹਮਣੇ ਢਿੱਡ ਖੜਕਾਏ ਜਿਵੇਂ ਢੋਲਕੀ ਖੜਕਾਈ ਦੀ, ਦੋਨਾਂ ਬੱਚਿਆਂ ਨੇ ਪੇਟ ਖੜਕਾਏ। ਗੁਰੂ ਹਰਿ ਸਾਹਿਬ ਨੇ ਕਿਹਾ, ਇਹ ਬੱਚੇ ਕਿਸ ਦੇ? ਤੇ ਪਿੱਛੇ ਪਿੱਛੇ ਤੁਰਿਆ ਆਇਆ ਇੱਕ ਮਨੁੱਖ, ਉਹਨੇ ਕਿਹਾ, ਮਹਾਰਾਜ ਮੇਰੇ ਭਤੀਜੇ, ਮੇਰਾ ਨਾਮ ਕਾਲਾ, ਇਹ ਮੇਰੇ ਭਤੀਜੇ, ਇੱਕ ਦਾ ਨਾਮ ਫੂਲ, ਦੂਜੇ ਦਾ ਨਾਮ ਸੰਦਲੀ, ਫੂਲ ਤੇ ਸੰਦਲੀ ਨਾਮ ਸੀ ਬੱਚਿਆਂ ਦਾ। ਮਹਾਰਾਜ ਕਹਿੰਦੇ ਨੇ, ਇਹ ਢਿੱਡ ਕਿਉਂ ਖੜਕਾਉਂਦੇ ਨੇ? ਸੱਚੇ ਪਾਤਸ਼ਾਹ, ਮੇਰੇ ਭਰਜਾ ਤੇ ਭਰਾ ਤੇ ਭਰਜਾਈ ਦੋਨੋਂ ਮਰ ਗਏ ਨੇ, ਇਹ ਯਤੀਮ ਨੇ, ਮੇਰੇ ਮਨ ਸੀ ਮੇਰੀ ਘਰਵਾਲੀ, ਮੈਂ ਆਪਣੇ ਬੱਚਿਆਂ ਨੂੰ ਸਾਂਭਣਾ, ਇਹ ਰੋਟੀ ਤੋਂ ਆਤੁਰ ਨੇ, ਇਹ ਰੁਲਦੇ ਗਰੀਬ, ਤੇਰੇ ਦਰ ਤੇ ਢਿੱਡ ਖੜਕਾ ਕੇ ਮੰਗਣ ਆਏ ਨੇ, ਸਾਨੂੰ ਦੋ ਵਕਤ ਦੀ ਰੋਟੀ ਦੇ। ਗੁਰੂ ਹਰਿ ਸਾਹਿਬ ਨੇ ਕਿਹਾ, ਕਾਲੇ ਇਹ ਢਿੱਡ ਖੜਕਾਉਣ ਆਏ ਨੇ, ਗੁਰੂ ਨਾਨਕ ਮਿਹਰ ਕਰੇਗਾ, ਇਹਨਾਂ ਦੀ ਉਮਤ ਰਾਜ ਕਰੇਗੀ,
ਇਹਨਾਂ ਦੀ ਸੰਤਾਨ ਦੇ ਘੋੜੇ ਜਮਣਾ ਨਦੀ ਤੱਕ ਪਾਣੀ ਪੀਣਗੇ। ਉਹਨਾਂ ਵਿੱਚੋਂ ਪਟਿਆਲੇ ਵਾਲੇ ਰਾਜੇ ਪੈਦਾ ਹੋਏ, ਉਹਦੇ ਵਿੱਚੋਂ ਨਾਭੇ ਵਾਲੇ ਪੈਦਾ ਹੋਏ, ਉਹਦੇ ਵਿੱਚੋਂ ਜੀਂਦ ਵਾਲੇ ਪੈਦਾ ਹੋਏ। ਅੱਜ ਵੀ ਉਹ ਰਿਆਸਤਾਂ, ਅੱਜ ਵੀ ਉਹ ਘਰਾਣੇ ਇਸ ਗੱਲ ਦੇ ਸੂਚਕ ਨੇ ਕਿ ਜਦੋਂ ਢਿੱਡ ਖੜਕਾਉਂਦਾ ਵੀ ਕੋਈ ਗੁਰੂ ਕੋਲ ਆ ਜਾਏ, ਉਹ ਨਦਰ ਸਵੱਲੀ ਕਰੇ ਤੇ ਢਿੱਡ ਖੜਕਾਉਣ ਵਾਲਿਆਂ ਨੂੰ ਵੀ ਪਾਤਸ਼ੀਆਂ ਦੇ ਦਿੰਦਾ। ਆਓ ਉਸ ਪਰਿਪੂਰਨ ਪਰਮਾਤਮਾ ਦੇ ਭੈ ਚ ਜੀਏ। ਬਸ ਮੈਂ ਸਾਰੇ ਪੰਜ ਕਥਾ ਦਾ ਨਿਚੋੜ ਇੱਕ ਬੇਨਤੀ ਕਰਾਂਗਾ। ਜੇ ਪਾਪੀ ਹੈ ਤੇ ਸੱਚੀ ਮੁੱਚੀ ਪਾਪੀ ਬਣ ਕੇ ਦੱਸ ਦੇ ਗੁਰੂ ਨੂੰ, ਮੈਂ ਪਾਪੀ ਹਾਂ। ਤੂੰ ਪਾਪ ਕਰਕੇ ਧਰਮੀ ਮਤ ਬਣ, ਡਬਲ ਪਾਪ ਕਰਨਾ ਪਿਆ, ਇੱਕ ਪਾਪ ਉਤੋਂ ਧਰਮੀ। ਜੇ ਤੂੰ ਸੱਚੀ ਮੁੱਚੀ ਪਾਪੀ ਹੈ, ਅਜ਼ਾਮਲ ਨੇ ਕਿਹਾ ਮੈਂ ਪਾਪੀ, ਰੱਬ ਨੇ ਕਿਹਾ ਮੈਂ ਤੈਨੂੰ ਸੀਨੇ ਨਾਲ ਲਾਨਾ, ਕਿਉਂ ਡਬਲ ਜ਼ਿੰਦਗੀ ਜੀਨੇ ਪਏ? ਜੋ ਕੁਝ ਹੈ ਲੋਕਾਂ ਸਾਹਮਣੇ ਨਾ ਕਹੋ, ਘੱਟੋ ਘੱਟ ਕੱਲੇ ਗੁਰੂ ਸਾਹਮਣੇ ਖਲੋ ਕੇ ਕਹਿ ਦਿਓ ਕਿ ਖੰਮ ਮੈਲੇ ਤੂੰ ਉਜਲ ਕਰਤੇ। ਗੁਰੂ ਸਾਹਮਣੇ ਕਹਿ ਦਿਓ ਖੰਮ ਨਿਰਗੁਣ ਤੂੰ ਦਾਤਾ। ਗੁਰੂ ਸਾਹਮਣੇ ਕਹਿ ਦਿਓ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਕਿਹੜੇ, ਕੰਚਨ ਨਾਰੀ ਮੈਂ ਜਿਉ ਲੁਗਤ ਕਹਿ ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ, ਹਰ ਪ੍ਰਭ ਚਿੱਤ ਨਾ ਆਵੀ ਕਿਉਂ ਛੂਟਾ, ਮੇਰੇ ਖਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਮਨ ਜਾ ਗੁਰੂ ਕੋਲ ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ ਤੁਮ ਸੰਸਰ ਨਾਹੀ ਦਿਆਲ ਮੋਏ ਸੰਸਰ ਪਾਪੀ। ਹਉ ਅਪਰਾਧੀ ਗੁਨਹਿ ਗਾਰ ਹੋ ਬੇਮੁਖ ਮੰਦਾ, ਚੋਰ ਯਾਰ ਜਵਾਰ ਹੋ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ਼ ਠਕੰਦਾ, ਕਾਮ ਕ੍ਰੋਧ ਮਦ ਲੋ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ, ਸਭ ਕੁਝ ਮੰਨ ਜਾ। ਤੇ ਫਿਰ ਭਾਈ ਸਾਹਿਬ ਕਹਿੰਦੇ ਸਿਮਰ ਮਰੀਦਾ ਢਾਡੀਆ ਸਤਿਗੁਰੂ ਬਖਸ਼ਣ।